ਕਮਾਲ ਜਾਨਵਰ ਹੈ ਜੀ, ਜ਼ਫਰ ਸਾਹਿਬ ਦਾ ਜਾਨਵਰ ਹੈ ਜੀ, ਕਸ਼ਮੀਰ ਤੋਂ, ਮੀਰਪੁਰ ਤੋਂ, ਮੀਰਪੁਰ ਤੋਂ ਜਾਨਵਰ ਆਇਆ ਜੀ। ਬੜਾ ਆਊਟ ਕਲਾਸ ਜਾਨਵਰ ਹੈ ਜੀ। ਅੰਕਲ, ਮੁਝੇ ਉਮੀਦ ਹੈ ਕਿ ਆਪ ਲੋਕ ਬਿਲਕੁਲ ਠੀਕ ਹੋ ਗਏ। ਤੋ ਹਮਾਰੇ ਵੀਡੀਓ ਕੋ ਲਾਈਕ ਕਰੇ, ਸਬਸਕ੍ਰਾਈਬ ਕਰੇ ਔਰ ਬੈਲ ਕੀ ਘੰਟੀ ਕੋ ਕਲਿੱਕ ਕਰੇ। ਬਹੁਤ ਬਹੁਤ ਸ਼ੁਕਰੀਆ। ਆਪ ਹਮਾਰੇ ਵੀਡੀਓ ਦੇਖਤੇ ਪਾ ਲਾਈਕ ਐਂਡ ਸਬਸਕ੍ਰਾਈਬ ਨਹੀਂ ਕਰਤੇ ਤੋ ਹਮਾਰੇ ਵੀਡੀਓ ਕੋ ਲਾਈਕ ਐਂਡ ਸਬਸਕ੍ਰਾਈਬ ਕਰੇ। ਬਹੁਤ ਬਹੁਤ ਸ਼ੁਕਰੀਆ। ਕਿਹੜੀ ਜਗ੍ਹਾ ਤੋਂ ਆਏ? ਇੱਧਰ ਮੂੰਹ ਕਰੋ, ਇੱਧਰ ਮੂੰਹ ਕਰੋ ਜੀ। ਆਜ਼ਾਦ ਕਸ਼ਮੀਰ ਤੋਂ ਆਇਆ ਜੀ। ਇਹਦਾ ਨਾਂ ਕੀ ਹੈ? ਨਾਂ ਕੀ ਇਹਦਾ? ਥੋੜਾ ਪਿੱਛੇ ਕਰੋ। ਕਮਾਲ ਜਾਨਵਰ ਹੈ ਜੀ, ਜ਼ਫਰ ਸਾਹਿਬ ਦਾ ਜਾਨਵਰ ਹੈ ਜੀ, ਕਸ਼ਮੀਰ ਤੋਂ, ਮੀਰਪੁਰ ਤੋਂ, ਮੀਰਪੁਰ ਤੋਂ ਜਾਨਵਰ ਆਇਆ ਜੀ। ਬੜਾ ਆਊਟ ਕਲਾਸ ਜਾਨਵਰ ਹੈ ਜੀ। ਨਾਂ ਕੀ ਦੱਸਿਆ ਜਿਹਦਾ? ਮੋਤੀ। ਵਾਹ ਵਾਹ, ਮੋਤੀ ਜਾਨਵਰ ਹੈ ਜੀ, ਬੜਾ ਆਊਟਸਟੈਂਡਿੰਗ ਜਾਨਵਰ ਜੀ। ਤਿੰਨ ਮੈਚ ਵਿਨਰ ਹੈ ਅਤੇ ਅੱਜ ਚੌਥੇ ਮੈਚ ਵਾਸਤੇ ਜਨਾਬ ਗਰਾਊਂਡ 'ਚ ਮੌਜੂਦ ਹੈ। ਇੱਧਰ ਮੂੰਹ ਕਰੋ ਸਦਰਾ। ਵਾਹ ਬਾਈ ਵਾਹ, ਅੱਛਾ। ਵਾਹ ਬਾਈ ਵਾਹ, ਆਊਟ ਕਲਾਸ ਜਾਨਵਰ ਜੀ, ਚੌਥੇ ਮੈਚ ਵਾਸਤੇ ਅੱਜ ਗਰਾਊਂਡ 'ਚ ਮੌਜੂਦ ਹੈ ਜੀ। ਵਾਹ, ਕਿਆ ਆਊਟ ਕਲਾਸ ਜਾਨਵਰ ਹੈ ਜੀ। ਚੌਥੇ ਮੈਚ ਵਾਸਤੇ ਜਨਾਬ ਹੈ, ਚੌਥਾ ਮੈਚ ਹੈ ਨਾ ਗਰਾਊਂਡ ਵਿੱਚ ਮੌਜੂਦ ਜੀ, ਆਊਟ ਕਲਾਸ ਜਾਨਵਰ ਜੀ। ਹਾਈਟ ਦੀ 29 ਹੈ, ਵੱਡਾ ਨਹੀਂ ਹੈ ਜੀ, ਆ ਛੋਟੀ ਜੀ ਵੀਡੀਓ ਜੀ। ਪਸੰਦ ਆਵੇ ਕਮੈਂਟ ਜ਼ਰੂਰ ਦਿਓ ਜੀ ਕਿ ਕਸ਼ਮੀਰ ਵਾਲਿਆਂ ਦਾ, ਮੀਰਪੁਰ ਵਾਲਿਆਂ ਦਾ ਸ਼ੌਕ ਸ਼ਿਕਾਰ ਕੈਸਾ ਜੀ। ਮਾਲਕ ਦਾ ਨਾਂ ਜ਼ਫਰ, ਰਾਜਾ ਜ਼ਫਰ ਸਾਹਿਬ, ਮੀਰਪੁਰ ਆਜ਼ਾਦ ਕਸ਼ਮੀਰ ਜੀ।